ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਵੈਦ ਜਗਦੀਪ। ਦੋਸਤੋ, ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈ, ਚਾਹੇ ਉਹ ਸੈਕਸ ਨਾਲ ਰਿਲੇਟਡ ਹੈ, ਜੁਆਇੰਟਸ ਪੇਨ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਬਹੁਤ ਸਾਰੇ ਲੋਕਾਂ ਨੂੰ ਲੀਵਰ ਦੀ ਪ੍ਰੋਬਲਮ ਹੈ। ਮੈਂ ਤੁਹਾਨੂੰ ਇੱਕ ਬੜੀ ਜਾਣਕਾਰੀ ਇਸ ਕਰਕੇ ਦੇਣੀ ਸ਼ੁਰੂ ਕੀਤੀ ਹੈ ਕਿ ਹਜ਼ਾਰਾਂ ਲੋਕ ਤਕਨੀਕਸ ਜਿਹੜੀਆਂ ਸਮੇਂ ਸਮੇਂ ਅਨੁਸਾਰ ਚੇਂਜ ਹੋਈਆਂ ਨੇ ਉਹਨਾਂ ਦਾ ਲਾਹਾ ਨਹੀਂ ਲੈ ਸਕੇ। ਪ੍ਰਾਤਨ ਕਾਲ ਦੇ ਵਿੱਚ ਕੀ ਸੀਗਾ ਵੀ ਪਿੰਡ ਦੇ ਵਿੱਚ ਚਿੱਠੀ ਪੱਤਰ ਆਉਂਦਾ ਸੀਗਾ, ਤਾਰ ਜਾਂਦੀ ਸੀਗੀ, ਟਰੰਕ ਕਾਲ ਆਉਂਦਾ ਸੀ ਅਤੇ ਪਿੰਡ 'ਚੋਂ ਇੱਕ ਅੱਧਾ ਟੈਲੀਫੋਨ ਡਾਕਖਾਨੇ 'ਚ ਲੱਗਿਆ ਹੁੰਦਾ ਸੀਗਾ ਅਤੇ ਲੋਕ ਫੋਨ ਬੁੱਕ ਕਰਾਉਂਦੇ ਸੀ ਅਤੇ ਦੂਸਰੇ ਫੋਨ ਤੋਂ ਜਦੋਂ ਕਾਲ ਆਉਂਦੀ ਸੀ ਅਤੇ ਉਹ ਬੰਦਿਆਂ ਦੇ ਘਰ ਮੈਸੇਜ ਜਾਂਦਾ ਸੀਗਾ ਅਤੇ ਤਾਂ ਜਾ ਕੇ ਬੰਦੇ ਪਿੰਡ ਦੇ ਬੰਦੇ ਨੂੰ ਸੱਦਦੇ ਸੀ ਅਤੇ ਗੱਲ ਕਰਾਉਂਦੇ ਸੀ। ਹੌਲੀ ਹੌਲੀ ਸਮਾਂ ਬਦਲਦਾ ਗਿਆ, ਚਿੱਠੀਆਂ ਤਾਰਾਂ ਟਰੰਕ ਕਾਲਸ ਤੋਂ ਬਦਲਦੇ ਹੋਏ ਲੋਕ, ਹੌਲੀ ਹੌਲੀ ਤਕਨੀਕ ਚੇਂਜ ਹੋਣ ਲੱਗੀ, ਗੱਡੀਆਂ ਬੱਸਾਂ ਟਰੱਕਾਂ ਸਾਈਕਲ ਤੋਂ ਬਦਲ ਕੇ ਕਾਰਾਂ ਜੀਪਾਂ 'ਤੇ ਚੇਂਜ ਹੋ ਗਿਆ ਸਾਰਾ ਸਿਸਟਮ। ਅੱਜ ਤਕਨੀਕ ਇੰਨੀ ਫਾਸਟ ਹੈ ਕਿ ਹਰ ਜਗ੍ਹਾ 'ਤੇ ਬੈਠਾ ਬੰਦਾ ਪੂਰੇ ਵਰਲਡ ਦੀ ਜਾਣਕਾਰੀ ਲੈ ਸਕਦਾ ਇੰਟਰਨੈਟ ਦੇ ਥਰੂ। ਇਸੇ ਤਰੀਕੇ ਨਾਲ ਜਿਹੜਾ ਮੈਡੀਸਨ ਦਾ ਕੰਮ ਹੈ, ਅੱਜ ਕਰੋਨਾ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਹੈ, ਲੇਕਿਨ ਤੁਹਾਡੀ ਜਾਣਕਾਰੀ, ਅਗਰ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ, ਤੁਹਾਡੀ ਜਾਣਕਾਰੀ ਜਦੋਂ ਤੁਸੀਂ ਪੂਰੀ ਜਾਣਕਾਰੀ ਨੂੰ ਵਧਾ ਲੈਂਦੇ ਹੋ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਮੈਂ ਇਸ ਜਾਣਕਾਰੀ ਦਾ ਕੀ ਫਾਇਦਾ ਲੈ ਸਕਦਾ। ਅੱਗੇ ਲੋਕ ਅਮਰੀਕਾ ਕਨੇਡਾ ਜਾਂਦੇ ਸੀ ਬੰਦੇ ਨੂੰ ਮਿਲਣ ਵਾਸਤੇ, ਲੇਕਿਨ ਅੱਜ ਤੁਸੀਂ ਘਰ ਬੈਠੇ ਹੁਣੇ ਅਮਰੀਕਾ ਕਨੇਡਾ ਵੀਡੀਓ ਕਾਲ ਕਰਦੇ ਹੋ ਅਤੇ ਬੰਦਾ ਤੁਹਾਡੇ ਸਾਹਮਣੇ ਬੈਠਾ, ਪੂਰਾ ਘਰ ਦੇਖ ਸਕਦੇ ਹੋ, ਕਿੱਥੇ ਬੈਠਾ, ਕੀ ਕਰਦਾ, ਆਪਣੇ ਆਪ ਨੂੰ ਦਿਖਾ ਸਕਦੇ ਹੋ ਅਤੇ ਉਹਨੂੰ ਦੇਖ ਸਕਦੇ ਹੋ। ਇਸੇ ਤਰੀਕੇ ਨਾਲ ਜਿਹੜਾ ਸਾਡਾ ਫੀਲਡ ਹੈ, ਅੱਜ ਲੋਕਾਂ ਨੂੰ ਸੈਕਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਔਰ ਉਹ ਪੜਦੇ ਦਾ ਕੰਮ ਆ, ਕਿਉਂਕਿ ਬਹੁਤ ਵੱਡਾ ਇੱਕ ਪੜਦਾ ਰਹਿੰਦਾ ਬੰਦੇ ਦੀ ਜ਼ਿੰਦਗੀ 'ਚ ਜਿਹੜਾ ਕਿਸੇ ਨੂੰ ਨਾ ਪਤਾ ਲੱਗੇ। ਅੱਜ ਤਕਨੀਕ ਇੱਥੇ ਤੱਕ ਪਹੁੰਚ ਗਈ, ਹਜ਼ਾਰਾਂ ਮਰੀਜ਼ ਅਸੀਂ ਫੋਨ ਦੇ ਜ਼ਰੀਏ ਦੇਖਦੇ ਹਾਂ, ਵੀਡੀਓ ਕਾਲ ਦੇ ਜ਼ਰੀਏ ਦੇਖਦੇ ਹਾਂ, ਈਵਨ ਕਿ ਇੱਥੇ ਤੱਕ ਬੰਦਿਆਂ ਨੂੰ ਅਸੀਂ ਗਾਈਡ ਕਰ ਸਕਦੇ ਹਾਂ ਕਿ ਉਹ ਜਾਣਕਾਰੀ ਜਦੋਂ ਸਾਨੂੰ ਫੋਨ 'ਤੇ ਦਿੰਦੇ ਆ ਜਾਂ ਸਾਡੇ ਤੋਂ ਲੈਂਦੇ ਆ, ਤਾਂ ਤੁਸੀਂ ਉਹ ਦਵਾਈਆਂ ਆਪਣੇ ਘਰ ਵੀ ਬਣਾ ਸਕਦੇ ਹੋ, ਘਰ ਮੰਗਵਾ ਸਕਦੇ ਹੋ, ਉੱਥੋਂ ਦਵਾਈਆਂ ਲੈ ਕੇ ਯੂਜ਼ ਕਰ ਸਕਦੇ ਹੋ ਅਤੇ ਆਪ ਇਸ ਤਕਨੀਕ ਦਾ ਫਾਇਦਾ ਉਠਾ ਸਕਦੇ ਹੋ। ਜਦੋਂ ਤੱਕ ਸਾਨੂੰ ਸਮਝ ਨਹੀਂ ਆਊਗੀ ਅਸੀਂ ਤਕਨੀਕ ਨੂੰ ਕਿਵੇਂ ਯੂਜ਼ ਕਰਨਾ, ਉਹਨਾਂ ਚਿਰ ਅਸੀਂ ਇੱਕ ਤਰ੍ਹਾਂ ਨਾਲ ਬਹੁਤ ਪਿੱਛੇ ਹੈ ਅਤੇ ਜਾਂ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ। ਅੱਜ ਅਗਰ ਤੁਸੀਂ ਇੱਥੋਂ ਬੰਬੇ ਜਾਣਾ, ਪੰਜਾਬ ਦੀ ਗੱਲ ਕਰਦਾ, ਤਾਂ ਲੋਕ ਬੰਬੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਂਦੇ ਕੰਮ ਕਰਕੇ ਜਹਾਜ਼ ਦੀ ਤਕਨੀਕ ਰਾਹੀਂ। ਲੇਕਿਨ ਕਈ ਬੰਦੇ ਜਿੱਦੀ ਹੈ, ਉਹ ਕਹਿਣ ਜੀ ਮੈਂ ਤਾਂ ਅੱਜ ਪੈਦਲ ਜਾ ਕੇ ਬੰਬੇ ਤੋਂ ਮੁੜਨਾ, ਤਾਂ 4 ਮਹੀਨੇ ਲੱਗ ਸਕਦੇ ਆ। ਇਸ ਤਕਨੀਕ ਦਾ ਫਾਇਦਾ ਉਠਾਉਣ ਵਾਸਤੇ ਜਿਹੜੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਕੋਈ ਸੈਕਸ ਰਿਲੇਟਡ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਸ਼ੂਗਰ ਨਾਲ ਸੈਕਸ ਦੀ ਪ੍ਰੋਬਲਮ ਹੈ, ਲੀਵਰ ਦੀ ਪ੍ਰੋਬਲਮ ਹੈ, ਲੇਡੀਜ਼ ਨੂੰ PCOD ਦੀ ਪ੍ਰੋਬਲਮ ਹੈ, ਔਰ ਬਹੁਤ ਸਾਰੇ ਲੋਕ ਇਨਫਰਟੀਲਿਟੀ ਦੇ ਪ੍ਰੋਬਲਮ ਨਾਲ ਜੂਝ ਰਹੇ ਆ, ਇਸੇ ਤਰੀਕੇ ਨਾਲ ਜਿਹੜੀ ਸੈਕਸ ਨਾਲ ਰਿਲੇਟਡ ਹੈ, ਤੁਹਾਡਾ ਬਿਲਕੁਲ ਪਰਦਾ ਰੱਖਿਆ ਜਾਂਦਾ, ਤੁਹਾਡੀ ਪ੍ਰੋਬਲਮ ਸੁਣੀ ਜਾਂਦੀ ਹੈ, ਕੰਪਲੇਂਟ ਤੁਸੀਂ ਤਾਂ ਵੀ ਕਰਦੇ ਹੋ ਕਿ ਸਾਡਾ ਫੋਨ ਨਹੀਂ ਚੱਕਿਆ ਜਾਂਦਾ, ਬਹੁਤ ਸਾਰੀਆਂ ਕਾਲਾਂ ਜਿਹੜੇ ਲੋਕ ਕਹਿੰਦੇ ਆ ਕਿ ਸਾਡੀ ਵਾਰੀ ਨਹੀਂ ਆਉਂਦੀ, ਤੁਹਾਡੇ ਤੋਂ ਅੱਗੇ ਹਜ਼ਾਰਾਂ ਮਰੀਜ਼ ਹੈਗੇ ਆ। ਕੋਸ਼ਿਸ਼ ਸਾਡੀ ਇਹ ਕਿ ਜਿਹੜੀ ਤੁਹਾਨੂੰ ਟਾਈਮ ਦਿੱਤਾ ਜਾਵੇ ਉਸ ਟਾਈਮ ਦੇ ਉੱਤੇ, ਲਗਭਗ ਅਸੀਂ ਰੋਜ਼ ਦਾ 250-300 ਪੇਸ਼ੈਂਟ ਇੰਟਰਨੈਸ਼ਨਲ ਦੇਖਦੇ ਹਾਂ, ਤਾਂ ਕਿ ਉਸ ਤਕਨੀਕ ਦਾ ਫਾਇਦਾ ਲਿਆ ਜਾਵੇ, ਕਰੋਨਾ ਤੋਂ ਬਚਿਆ ਜਾਵੇ, ਤੁਸੀਂ ਚੱਲ ਕੇ ਆਉਂਦੇ ਹੋ, ਦੂਰ ਜਾਂਦੇ ਹੋ, ਘਰ ਬੈਠੇ ਵੀ ਦਵਾਈਆਂ ਮਿਲ ਸਕਦੀਆਂ ਨੇ, ਪਹੁੰਚਾਈਆਂ ਜਾ ਸਕਦੀਆਂ ਨੇ, ਪਰ ਦਵਾਈ ਪਹੁੰਚਾਉਣ ਤੋਂ ਪਹਿਲਾਂ ਇਹ ਗੱਲ ਨਹੀਂ ਕਿ ਹੁਣ ਬਹੁਤ ਸਾਰੇ ਬੰਦਿਆਂ ਨੇ ਇੱਕ ਔਨਲਾਈਨ ਫਾਰਮੂਲਾ ਹਕੀਕਤ TV 'ਤੇ ਦੇਖਿਆ, ਉਹ ਕਹਿੰਦੇ ਜੀ ਉਹੀ ਫਾਰਮੂਲਾ ਸਾਨੂੰ ਭੇਜ ਦਿਓ। ਮੈਂ ਤੁਹਾਨੂੰ ਇੱਥੇ ਇੱਕ ਰਿਕੁਐਸਟ ਕਰਨੀ ਚਾਹੁੰਦਾ, ਜਿਹੜਾ ਫਾਰਮੂਲਾ ਤੁਸੀਂ ਦੇਖਿਆ ਉਹ ਇੱਕ ਬੇਸ ਹੈ, ਕਈ ਬੰਦਿਆਂ ਦੇ ਅੰਦਰ ਗਰਮੀ ਬਹੁਤ ਹੈ, ਕਈ ਠੰਡੇ ਬਹੁਤ ਹੈ, ਕਈ ਬੰਦਿਆਂ ਦੀ ਪੈਨਿਸ ਦੇ ਵਿੱਚ ਸ਼ਰਿੰਕ ਆ ਰਿਹਾ ਗਾ, ਕਈ ਬੰਦਿਆਂ ਦਾ ਫਲੋ ਬਹੁਤਾ ਜ਼ਿਆਦਾ ਗਾ, ਕਈਆਂ ਦੀ ਟਾਈਮਿੰਗ ਨਹੀਂ ਲੱਗ ਰਹੀ, ਕਈਆਂ ਦੀ ਪੈਨਿਸ ਸਟਾਰਟ ਹੀ ਨਹੀਂ ਹੋ ਰਹੀ, ਤਾਂ ਇਹ ਕੋਈ ਜ਼ਰੂਰੀ ਨਹੀਂ ਵੀ ਇੱਕ ਦਵਾਈ ਬਣਾ ਕੇ ਆਪਾਂ ਸਾਰਿਆਂ ਨੂੰ ਵੇਚ ਦੇਣੀ ਹੈ ਜਾਂ ਤੁਹਾਡੇ ਤੱਕ ਪਹੁੰਚਾ ਦੇਣੀ ਆ। ਪਹਿਲਾਂ ਤੁਹਾਡੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਇੱਕ ਬੰਦਾ ਬਹੁਤਾ ਗਰਮ ਆ, ਇੱਕ ਜਮੀ ਠੰਡਾ, ਹੁਣ ਦੋਨਾਂ ਨੂੰ ਦਵਾਈ ਇੱਕ ਕਿਵੇਂ ਦਿੱਤੀ ਜਾ ਸਕਦੀ ਹੈ। ਸੋ ਇਸ ਕਰਕੇ ਜਾਣਕਾਰੀ ਦਾ ਆਪਾਂ ਲਾਹਾ ਲਈਏ। ਹੁਣ ਅੱਜ ਫਰਜ਼ ਕਰੋ ਕਿਸੇ ਦਾ ਸਿਰ ਦੁੱਖ ਰਿਹਾ, ਉਹ ਕਹੇ ਜੀ ਕਰੋਨਾ ਹਟੇ ਤੋਂ ਮੈਂ ਤਾਂ ਸਿਰ ਦੀ ਦਵਾਈ ਲੈ ਲੂੰਗਾ, ਲੇਕਿਨ ਇਹ ਤਰੀਕਾ ਉਹ ਆਪਣੀ ਆਪਣੀ ਸੋਚ ਹੈ। ਇਸ ਤਰੀਕੇ ਨੂੰ ਤੁਸੀਂ ਘਰ ਬੈਠ ਕੇ ਸਿਰ ਦੁੱਖਦਾ ਕਿਸੇ ਡਾਕਟਰ ਨਾਲ ਕੰਸਲਟ ਕਰ ਲਓ, ਪੂਰੀ ਦੁਨੀਆ ਦੇ ਡਾਕਟਰ ਵੈਦ ਸਾਰੇ ਚੰਗੇ ਹੈ, ਜਿਹਨੂੰ ਆਪਣੇ ਕੰਮ ਨਾਲ ਪਿਆਰ ਹੈ, ਜਿਹਨੂੰ ਆਪਣੀ ਸਾਰੀ ਜ਼ਿੰਦਗੀ ਜਿਹਨੇ ਆਪਣੇ ਕਾਰੋਬਾਰ ਨੂੰ ਸਥਿਰ ਰੱਖਣਾ ਗਾ, ਉਹਨੇ ਆਪਣੀ ਇੱਜ਼ਤ ਨੂੰ ਪਹਿਲਾਂ ਬਰਕਰਾਰ ਰੱਖਣਾ ਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਕਿਸੇ ਵੀ ਵੈਦ ਹਕੀਮ ਡਾਕਟਰ ਤੋਂ ਕੰਸਲਟ ਕਰ ਸਕਦੇ ਹੋ।
ਕਰੋਨਾ ਤੋਂ ਬਚਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਫਲ ਜ਼ਿੰਦਗੀ ਹੋਵੇ, ਤੁਹਾਡੀ ਖੁਸ਼ਹਾਲ ਜ਼ਿੰਦਗੀ ਹੋਵੇ, ਤੁਹਾਡੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਦਿੱਕਤ ਨਾ ਆਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਤਿ ਸ਼੍ਰੀ ਅਕਾਲ ਦੋਸਤੋ।